ਜਿਹੜੀਆਂ ਬੱਚੀਆਂ ਤੀਸਰੀ ਕਲਾਸ ਚ ਪੜਦੀਆਂ ਚੌਥੀ ਚ ਪੜਦੀਆਂ ਪੰਜਵੀਂ ਚ ਪੜਦੀਆਂ ਉਹਨਾਂ ਦੇ ਨਾਲ ਬਾਰ-ਬਾਰ ਜ਼ਿਆਤੀ ਕਰਦਾ ਰਿਹਾ ਉਹਨਾਂ ਦੀ ਵੀਡੀਓਜ਼ ਬਣਾਉਂਦਾ ਰਿਹਾ ਨੌ ਬੱਚੀਆਂ ਦੇ ਨਾਲ ਜ਼ਿਆਤੀ ਦੀ ਤਸਦੀਕ ਹੋ ਚੁੱਕੀ ਆ ਜਨਾਬ ਜਿਹੜਾ ਉਹ ਦਰਿੰਦਾ ਸਿਫਤ ਇਨਸਾਨ ਅਤਰਾਫੇ ਜੁਰਮ ਕਰ ਚੁੱਕਿਆ ਵਾ ਗੁਜਰਾਣੇ ਵਾਲੇ ਦਾ ਵਾਕਿਆ ਵਾ ਥਾਣਾ ਸਦਰ ਦਾ ਇਲਾਕਾ ਵਾ ਜਿੱਥੇ ਜਨਾਬੇ ਵਾਲੀ ਇੱਕ ਖਾਤੂਨ ਨੇ ਪੰਜ ਮਰਲੇ ਦੇ ਘਰ ਦੇ ਵਿੱਚ ਇੱਕ ਸਕੂਲ ਬਣਾਇਆ ਸੀ ਉਸ ਖਾਤੂਨ ਨੂੰ ਇਹ ਨਹੀਂ ਪਤਾ ਸੀਗਾ ਮੈਂ ਜਨਾਬ ਘਰ ਦੇ ਵਿੱਚ ਇੱਕ ਕੁੱਤਾ ਪਾਲਿਆ ਆਵਾ ਮੈਂ ਘਰ ਦੇ ਵਿੱਚ ਇੱਕ ਹਵਾਨ ਰੱਖਿਆ ਆਵਾ ਮੈਂ ਘਰ ਦੇ ਵਿੱਚ ਇੱਕ ਦਰਿੰਦਾ ਰੱਖਿਆ ਆਵਾ ਯਕੀਨ ਕਰੋ ਕਿ ਸੁਣੋਗੇ ਤੇ ਤੁਹਾਡੇ ਲੂ ਕੰਡੇ ਖੜੇ ਹੋ ਜਾਣਗੇ ਤੁਹਾਡਾ ਦਿਮਾਗ ਫਟਣੇ ਆ ਜਾਏਗਾ ਉਹਦੇ ਮੋਬਾਈਲ ਦੇ ਵਿੱਚੋਂ ਵੀਡੀਓ ਦੇ ਬਰਾਮਦ ਕੀਤੀਆਂ ਇਸ ਦਰਿੰਦੇ ਨੂੰ ਕੈਫਰੇ ਕਰਦਾਰ ਤੱਕ ਪੁੱਛਾਇਆ ਜਾਵੇ ਜਦੋਂ ਤੁਹਾਡੇ ਬੱਚੇ ਸਕੂਲੋਂ ਆਣ ਜਦੋਂ ਤੁਹਾਡੇ ਬੱਚੇ ਮਸੀਤੋਂ ਪੜ ਕੇ ਆਣ ਜਦੋਂ ਤੁਹਾਡੇ ਬੱਚੇ ਬਾਹਰ ਖੇਡ ਕੇ ਆਣ ਜੇ ਸਟੇਮ ਵੀ ਆਣ ਤੁਸੀਂ ਇੱਕ ਵਾਰੀ ਉਹਨਾਂ ਨੂੰ ਪੁੱਛਣਾ ਜ਼ਰੂਰ ਹੈ ਬਾਹਰ ਤੁਹਾਨੂੰ ਕਿਸੇ ਨੇ ਕੁਝ ਕਿਹਾ ਹਰ ਚੀਜ਼ ਤੁਸੀਂ ਆਪਣੇ ਬੱਚਿਆਂ ਕੋਲ ਪੁੱਛਣੀ ਹੈ ਅਸਲਾਮੁਅਲਿਕਮ ਅੱਛਾ ਜੀ ਅੱਜ ਇੱਕ ਖਬਰ ਦੇ ਨਾਲ ਜ਼ਰੂਰੀ ਜਿਹੜਾ ਨਾ ਮੈਂ ਆਪਣੇ ਜਿਹੜੇ ਸੁਣਨ ਵਾਲੇ ਆ ਦੇਖਣ ਵਾਲੇ ਆ ਉਹਨਾਂ ਨੂੰ ਇੱਕ ਪੈਗਾਮ ਦੇਵਾਂਗਾ ਤੇ ਖੁਦਾ ਦਾ ਨਾਮ ਆ ਆਪਣੇ ਬੱਚੇ ਆ ਜਾਂ ਬੱਚੀਆਂ ਆ ਉਹਨਾਂ ਦੇ ਉੱਪਰ ਪੂਰੀ ਤਰ੍ਹਾਂ ਨਜ਼ਰ ਰੱਖੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਰਹੋ ਉਹਨਾਂ ਦੇ ਨਾਲ ਦੋਸਤਾਨਾ ਮਾਹੌਲ ਰੱਖੋ ਉਹਨਾਂ ਨੂੰ ਦੱਸੋ ਕਿ ਜਨਾਬ ਅਗਰ ਤੁਹਾਨੂੰ ਕੋਈ ਕਿਸ ਤਰ੍ਹਾਂ ਹੱਥ ਲਾਂਦਾ ਵਾ ਤੁਸੀਂ ਘਰ ਆ ਕੇ ਕਿਸ ਤਰ੍ਹਾਂ ਦੱਸਣਾ ਵਾ ਅਗਰ ਤੁਹਾਨੂੰ ਕੋਈ ਹੋਰ ਕੋਈ ਹਰਕਤ ਤੁਹਾਡੇ ਨਾਲ ਗਲਤ ਹਰਕਤ ਕਰਦਾ ਵਾ ਤੇ ਤੁਸੀਂ ਘਰ ਆ ਕੇ ਦੱਸਣਾ ਵਾ ਲਾਜ਼ਮੀ ਦੱਸਣਾ ਵਾ ਇਹ ਮੇਰੀ ਰਿਕਵੈਸਟ ਆ ਕਿ ਆਪਣੇ ਬੱਚਿਆਂ ਦੇ ਨਾਲ ਦੋਸਤਾਨਾ ਮਹੌਲ ਰੱਖੋ ਹਰ ਰੋਜ਼ ਸ਼ਾਮ ਨੂੰ 10 ਮਿੰਟ ਬੈਠ ਕੇ ਉਹਨਾਂ ਕੋਲ ਸਕੂਲ ਦਾ ਹਾਲ ਹਵਾਲ ਪੁੱਛੋ ਕਿ ਤੁਹਾਡੇ ਸਕੂਲ ਕੀ ਹੋਇਆ ਤੁਸੀਂ ਕੀ ਕੀਤਾ ਕੀ ਤੁਹਾਨੂੰ ਕਰਨਾ ਚਾਹੀਦਾ ਵਾ ਮੈਂ ਕਿਉਂਕਿ ਅਫਸੋਸ ਨਾਲ ਖਬਰ ਵੀ ਤੁਹਾਨੂੰ ਦੱਸਣੀ ਆ ਲੇਕਿਨ ਇਸ ਤੋਂ ਪਹਿਲੇ ਮੈਂ ਫੇਰ ਤੁਹਾਨੂੰ ਇੱਕ ਵਾਰੀ ਰਿਕਵੈਸਟ ਕਰਨੀ ਆ ਕਿ ਮੇਰੀ ਇਸ ਵੀਡੀਓ ਨੂੰ ਗੌਰ ਨਾਲ ਸੁਣਨਾ ਗੌਰ ਨਾਲ ਦੇਖਣਾ ਔਰ ਹੋ ਸਕੇ ਤੇ ਦੂਸਰੇ ਲੋਕਾਂ ਤੱਕ ਇਹਨੂੰ ਪਹੁੰਚਾਣਾ ਵੀ ਆ ਕਿ ਮੈਂ ਜਨਾਬ ਤੁਹਾਨੂੰ ਦੱਸਣਾ ਕੀ ਚਾ ਰਿਹਾ ਵਾਂ ਗੁਜਰਾਂ ਵਾਲੇ ਦਾ ਵਾਕਿਆ ਵਾ ਥਾਣਾ ਸਦਰ ਦਾ ਇਲਾਕਾ ਵਾ ਜਿੱਥੇ ਜਨਾਬੇ ਲਈ ਇੱਕ ਖਾਤੂਨ ਨੇ ਆਪਣੇ 5 ਮਰਲੇ ਦੇ ਘਰ ਦੇ ਵਿੱਚ ਇੱਕ ਸਕੂਲ ਬਣਾਇਆ ਸੀ ਜਿਹਦੇ ਵਿੱਚ ਸਿਰਫ 5ਵੀਂ ਕਲਾਸ ਤੱਕ ਬੱਚੀਆਂ تعلیم ਹਾਸਲ ਕਰਦੀਆਂ ਸੀਗੀਆਂ ਜਿਹੜੀਆਂ 3ਵੀਂ ਕਲਾਸ ਦੀਆਂ ਸੀ ਜਿਹੜੀ 4ਵੀਂ ਕਲਾਸ ਦੀਆਂ ਸੀ ਜਿਹੜੀ 5ਵੀਂ ਕਲਾਸ ਦੀਆਂ ਸੀਗੀਆਂ ਉਸ ਖਾਤੂਨ ਨੂੰ ਇਹ ਨਹੀਂ ਪਤਾ ਸੀਗਾ ਕਿ ਮੈਂ ਜਨਾਬ ਘਰ ਦੇ ਵਿੱਚ ਇੱਕ ਕੁੱਤਾ ਪਾਲਿਆ ਆਇਆ ਵਾ ਮੈਂ ਘਰ ਦੇ ਵਿੱਚ ਇੱਕ ਹਵਾਨ ਰੱਖਿਆ ਆਇਆ ਵਾ ਮੈਂ ਘਰ ਦੇ ਵਿੱਚ ਇੱਕ ਦਰਿੰਦਾ ਰੱਖਿਆ ਆਇਆ ਵਾ ਉਹਨੇ ਜਨਾਬੇ ਲਈ ਆਪਣੇ ਸ਼ੌਹਰ ਨੂੰ ਘਰ ਦੇ ਵਿੱਚ ਹੀ ਉਸੇ ਸਕੂਲ ਦੇ ਅੰਦਰ ਇੱਕ ਕੰਟੀਨ ਬਣਾ ਕੇ ਦੇ ਦਿੱਤੀ ਉਸ ਕੰਟੀਨ ਦੇ ਅੰਦਰ ਉਹ ਦਰਿੰਦਾ ਸਿਫਤ ਇਨਸਾਨ ਛੋਟੀਆਂ-ਛੋਟੀਆਂ ਬੱਚੀਆਂ ਜਿਨ੍ਹਾਂ ਦੀਆਂ ਉਮਰਾਂ ਸਿਰਫ 10 ਸਾਲਾਂ, 11 ਸਾਲਾਂ, 12 ਸਾਲਾਂ, 13 ਸਾਲਾਂ ਜਿਹੜੀਆਂ ਬੱਚੀਆਂ ਤੀਸਰੀ ਕਲਾਸ 'ਚ ਪੜਦੀਆਂ, ਚੌਥੀ 'ਚ ਪੜਦੀਆਂ, ਪੰਜਵੀਂ 'ਚ ਪੜਦੀਆਂ, ਉਹਨਾਂ ਦੇ ਨਾਲ بار-बार ਜ਼ਿਆਤੀ ਕਰਦਾ ਰਿਹਾ, बार-बार ਜ਼ਿਆਤੀ ਕਰਦਾ ਰਿਹਾ, ਉਹਨਾਂ ਦੀ ਵੀਡੀਓਜ਼ ਬਣਾਉਂਦਾ ਰਿਹਾ, ਉਹਨਾਂ ਨੂੰ ਬਲੈਕਮੇਲ ਕਰਦਾ ਰਿਹਾ, ਉਹਨਾਂ ਨੂੰ ਦੱਸਦਾ ਰਿਹਾ ਕਿ ਅਗਰ ਘਰ ਜਾ ਕੇ ਦੱਸੋਗੀਆਂ ਤੇ ਤੁਹਾਨੂੰ ਮਾਰ ਦੇਵਾਂਗਾ, ਤੁਹਾਨੂੰ ਕਤਲ ਕਰ ਦੇਵਾਂਗਾ। ਜਨਾਬ ਇਸੇ ਗੱਲ ਤੋਂ ਮੈਂ ਸ਼ੁਰੂ ਦੇ ਵਿੱਚ ਗੁਜ਼ਾਰਿਸ਼ ਕੀਤੀ ਆ ਕਿ ਖੁਦਾ ਦਾ ਨਾਮ ਆ ਮੈਂ ਤੁਹਾਡੇ ਅਗੇ ਅਪੀਲ ਕਰਦਾ ਵਾਂ ਕਿ ਆਪਣੇ ਬੱਚਿਆਂ ਨੂੰ ਰੋਜ਼ ਆ ਕੇ ਪੁੱਛਿਆ ਕਰੋ ਜਦੋਂ ਤੁਹਾਡੇ ਬੱਚੇ ਸਕੂਲੋਂ ਆਣ ਜਦੋਂ ਤੁਹਾਡੇ ਬੱਚੇ ਮਸੀਤੋਂ ਪੜ ਕੇ ਆਣ ਜਦੋਂ ਤੁਹਾਡੇ ਬੱਚੇ ਬਾਹਰ ਖੇਡ ਕੇ ਆਣ ਜਿਸ ਟਾਈਮ ਵੀ ਆਣ ਤੁਸੀਂ ਇੱਕ ਵਾਰੀ ਉਹਨਾਂ ਨੂੰ ਪੁੱਛਣਾ ਜ਼ਰੂਰ ਹੈ ਕਿ ਬੇਟਾ ਬਾਹਰ ਤੈਨੂੰ ਕਿਸੇ ਨੇ ਕੁਝ ਕਿਹਾ ਬਾਹਰ ਤੈਨੂੰ ਕਿਸੇ ਨੇ ਛੇੜਿਆ ਬਾਹਰ ਤੈਨੂੰ ਕਿਸੇ ਨੇ ਪੁੱਛਿਆ ਹਰ ਚੀਜ਼ ਤੁਸੀਂ ਆਪਣੇ ਬੱਚਿਆਂ ਕੋਲ ਪੁੱਛਣੀ ਹੈ ਖੁਦਾ ਨਾ ਖਾਸਤਾ ਖੁਦਾ ਨਾ ਖਾਸਤਾ ਇਦਾਂ ਦਾ ਵੱਡਾ ਵਾਕਿਆ ਫਿਰ ਰੂਨਮਾਨਾ ਹੋਵੇ ਯਕੀਨ ਕਰੋ ਕਿ ਸੁਣੋਗੇ ਤੇ ਤੁਹਾਡੇ ਲੂ ਕੰਡੇ ਖੜੇ ਹੋ ਜਾਣਗੇ ਤੁਹਾਡਾ ਦਿਮਾਗ ਫਟਣੇ ਆ ਜਾਏਗਾ ਕਿ ਸਾਡੇ ਇਸ ਮੁਲਕ ਦੇ ਵਿੱਚ ਸਾਡੇ ਸ਼ਹਿਰਾਂ ਦੇ ਵਿੱਚ ਹੋਣ ਕੀ ਡਿਆਵਾ 9 ਬੱਚੀਆਂ ਦੇ ਨਾਲ ਜ਼ਿਆਤੀ ਦੀ ਤਸਦੀਕ ਹੋ ਚੁੱਕੀ ਆ ਜਨਾਬ ਜਿਹੜਾ ਉਹ ਦਰਿੰਦਾ ਸਿਫਤ ਇਨਸਾਨ ਅਤਰਾਫੇ ਜੁਰਮ ਕਰ ਚੁੱਕਿਆ ਵਾ ਕਿ 9 ਬੱਚੀਆਂ ਦੇ ਨਾਲ ਮੈਤ ਜ਼ਿਆਤੀ ਕੀਤੀ ਆ 5 ਲਵਾਇਕੀਨ ਤੇ 5 ਬੱਚੀਆਂ ਦੇ ਨਾਲ ਤਾਂ ਜ਼ਿਆਤੀ ਦਾ ਮੁਕੱਦਮਾ ਵੀ ਦਰਜ ਹੋ ਗਿਆ ਵਾ ਮੈਂ ਜਨਾਬ ਉਥੇ ਸੀਪੀਓ ਰਾਣਾ ਯਾ ਸਲੀਮ ਸਾਹਿਬ ਨੇ ਮੈਂ ਉਹਨਾਂ ਨੂੰ ਸ਼ਾਬਾਸ਼ ਦਵਾਂਗਾ ਮੈਂ ਉਹਨਾਂ ਨੂੰ ਕਵਾਂਗਾ ਕਿ ਜਨਾਬ ਤੁਸੀਂ ਬੜਾ ਅੱਛਾ ਕੰਮ ਕੀਤਾ ਜਿਸ ਟਾਈਮ ਹੀ ਉਹਨਾਂ ਨੂੰ ਪਤਾ ਲੱਗਾ ਫੌਰੀ ਤੌਰ ਤੇ ਉਸ ਦਰਿੰਦੇ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਤਫਤੀਸ਼ ਕੀਤੀ ਉਹਦਾ ਮੋਬਾਈਲ ਬਰਾਮਦ ਕੀਤਾ ਉਹਦੇ ਮੋਬਾਈਲ ਦੇ ਵਿੱਚੋਂ ਵੀਡੀਓ ਬਰਾਮਦ ਕੀਤੀਆਂ ਲਵਾਹਿਕੀ ਨੂੰ ਮੋਟੀਵੇਟ ਕੀਤਾ ਕਿ ਤੁਸੀਂ ਇਸ ਦਰਿੰਦੇ ਦੇ ਉੱਪਰ ਪਰਚਾ ਦਰਜ ਕਰਵਾਓ ਇਸ ਦਰਿੰਦੇ ਨੂੰ ਕੈਫਰੇ ਕਰਦਾਰ ਤੱਕ ਪੁਚਾਇਆ ਜਾਵੇ ਤੇ ਜਨਾਬ ਹੁਣ ਜਿਹੜਾ ਮਹਿਕਮਾ ਐਜੂਕੇਸ਼ਨ ਆ ਮਹਿਕਮੇ ਦੇ ਜਿਹੜੇ ਵਜ਼ੀਰ ਮਸ਼ੀਰ ਨੇ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਜਨਾਬ ਕੋਈ ਕ੍ਰਾਈਟੇਰੀਆ ਰੱਖੋ ਸਕੂਲ ਜਿਹੜਾ ਤੁਸੀਂ ਬਣਾਇਆ ਨਾ ਮਹਿਕਮਾ ਲਿਟਰੇਸੀ ਗਵਰਨਮੈਂਟ ਨਾਨ ਫਾਰਮਲ ਐਜੂਕੇਸ਼ਨ ਜਨਾਬ ਤੁਸੀਂ ਪੜਾਓ ਸਾਡੇ ਬੱਚਿਆਂ ਨੂੰ ਤਾਲੀਮ ਦਿਓ ਲੇਕਿਨ ਖੁਦਾ ਦਾ ਨਾਮ ਆ ਕੋਈ ਕ੍ਰਾਈਟੇਰੀਆ ਵੀ ਰੱਖੋ ਕਿਤੇ ਪਤਾ ਹੋਵੇ ਕਿ ਇੱਥੇ ਜਨਾਬ ਤਾਲੀਮ ਅਗਰ ਦਿੱਤੀ ਜਾ ਰਹੀ ਆ ਤੇ ਕੌਣ ਅੰਦਰ ਆਇਆ ਇਹਦਾ ਕੋਈ ਚੈੱਕ ਬੈਲੈਂਸ ਨਹੀਂ ਆ ਸੀਗਾ ਕੌਣ ਆ ਰਿਹਾ ਕੌਣ ਜਾ ਰਿਹਾ ਕਿ ਇਹ ਬੰਦਾ ਇੰਨੀ ਦਰਿੰਦਗੀ ਕਰਦਾ ਰਿਹਾ ਔਰ ਕਿਹਾ ਜਾ ਰਿਹਾ ਕਿ ਪਿਛਲੇ 7 ਸਾਲ ਤੋਂ بار-ਬਾਰ ਛੋਟੀਆਂ ਨੰਨੀਆਂ ਮੁੰਨੀਆਂ ਬੱਚੀਆਂ ਦੇ ਨਾਲ ਜ਼ਿਆਤੀ ਕਰਦਾ ਰਿਹਾ ਉਹਨਾਂ ਦੀ ਵੀਡੀਓਜ਼ ਬਣਾਉਂਦਾ ਰਿਹਾ ਉਹਨਾਂ ਨੂੰ ਬਲੈਕਮੇਲ ਕਰਦਾ ਰਿਹਾ ਪਤਾ ਨਹੀਂ ਨਾ ਜਾਣੇ ਉਹ ਛੋਟੀਆਂ-ਛੋਟੀਆਂ ਬੱਚੀਆਂ ਇਹ ਤਕਲੀਫਾਂ ਕਿਸ ਤਰ੍ਹਾਂ ਬਰਦਾਸ਼ਤ ਕਰਦੀਆਂ ਰਹੀਆਂ ਹੋਣਗੀਆਂ ਇਹ ਉਹ ਬੱਚੀਆਂ ਜਾਣਦੀਆਂ ਜਾਂ ਮੇਰਾ ਸੋਣਾ ਰੱਬ ਜਾਣਦਾ ਤੇ ਮੈਂ ਗੁਜ਼ਾਰਿਸ਼ ਕਰਾਂਗਾ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਕਿ ਖੁਦਾ ਦਾ ਨਾਮ ਹੁਣ ਜਨਾਬੇ ਅਲੀ ਉਹ ਵਕਤ ਆ ਗਿਆ ਵਾ ਕਿ ਸਾਨੂੰ ਆਪਣੇ ਬੱਚਿਆਂ ਤੇ ਕੜੀ ਨਜ਼ਰ ਰੱਖਣੀ ਪਏਗੀ ਬਹੁਤ ਸ਼ੁਕਰੀਆ